ਜਿਹੜਾ ਇਦਾਂ ਦਾ ਕਿਹੜਾ ਵਿਚਾਰ ਆਇਆ ਕਿ ਤੁਸੀਂ ਇੰਨੇ ਬੱਚੇ ਨੂੰ ਪੜਾ ਰਹੇ ਹੋ ਉਹ ਵੀ ਮੁਫਤ ਚ ਕਹਿੰਦੇ ਨੇ ਬੱਚੇ ਜਿਹੜਾ ਰੱਬ ਦਾ ਰੂਪ ਹੁੰਦੇ ਨੇ ਔਰ ਬੱਚੇ ਛੋਟੇ ਛੋਟੇ ਬੱਚੇ ਆ ਜਿਹੜੇ ਸਕੂਲ ਨਹੀਂ ਜਾ ਸਕਦੇ ਔਰ ਉਹਨਾਂ ਦੇ ਪੇਰੈਂਟਸ ਜੋ ਨਹੀਂ ਪੜਾ ਸਕਦੇ ਆ ਤੇ ਇੱਕ ਬਸ ਛੋਟੀ ਜੀ ਕੋਸ਼ਿਸ਼ ਹੈ ਭਾਵੇਂ ਪਲੱਸ 2 ਪੜੀਆਂ ਲੇਕਿਨ ਜੋ ਹੈ ਮੇਰੇ ਕੋਲ ਜੋ ਹੈ ਉਹ ਤਾਂ ਮੈਂ ਦੇ ਸਕਦੀ ਆ ਨਾ ਔਰ ਠੀਕ ਹੈ ਬਾਕੀ ਇਹਨਾਂ ਕੋਲ ਕਾਪੀ ਬੁੱਕਸ ਨਹੀਂ ਹੁੰਦੀਆਂ ਨੇ ਉਹ ਵੀ ਅਸੀਂ ਦਿੰਨੇ ਆ ਔਰ ਕੋਸ਼ਿਸ਼ ਕਰ ਰਹੀ ਹਾਂ ਕਿ ਹਾਂ ਇਹਨਾਂ ਨੂੰ ਕੋਈ ਸਪੋਰਟ ਵੀ ਮਿਲੇ ਕਭੀ ਉਮੀਦ ਹੁੰਦੀ ਹੈ ਕਿ ਮੈਂ ਸਕੂਲ ਜਾਵਾਂ ਜਿਵੇਂ ਬਾਕੀ ਲੜਕੀਆਂ ਸਕੂਲ ਜਾਂਦੀਆਂ ਹਨ ਉਨਾਂ ਕੀ ਤਰ੍ਹਾਂ ਮੈਂ ਵੀ ਪੜ੍ਹੂ ਯੈਸ ਮੈਂ ਮਮੀ ਤੋ ਬਹੁਤ ਹੋਤੀ ਹੈ ਬਹੁਤ ਜ਼ਿਆਦਾ ਦਿਲ ਕਰਤਾ ਤੇ ਦੋ ਬੱਚੇ ਆ ਗਏ ਪੜਾਉਣ ਵਾਸਤੇ ਹੁਣ ਪਤਾ ਨਹੀਂ ਰੱਬ ਦਾ ਕਿ ਉਸ ਹਫਤੇ ਫਿਰ ਪੰਜ ਬੱਚੇ ਆ ਗਏ ਫਿਰ ਉਸ ਤੋਂ ਬਾਅਦ 10 ਬੱਚੇ ਆ ਗਏ ਮੈਨੂੰ ਸਮਝ ਨਹੀਂ ਆਇਆ ਇਹ ਕਿੱਥੋਂ ਦੀ ਕੀ ਹੋ ਰਿਹਾ ਵਾ

ਸਾਸ਼ੀਕਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਾਲਿਕ ਅੱਜ ਅਸੀਂ ਤੁਹਾਨੂੰ ਇੱਕ ਏਦਾਂ ਦੇ ਅਧਿਆਪਕ ਕੋਲ ਲੈ ਕੇ ਚੱਲੇ ਆ ਜੋ ਕਿ ਗਰੀਬ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਫ੍ਰੀ ਵਿੱਚ ਪੜਾਉਂਦੇ ਨੇ ਤੇ ਘਰ ਦੀ ਜੇ ਆਪਾਂ ਗੱਲ ਕਰੀਏ ਘਰ ਦੇ ਬਹੁਤ ਛੋਟਾ ਹੋਣ ਦੇ ਬਾਵਜੂਦ ਵੀ ਜਿੱਥੇ ਕਿ ਬੈਠਣ ਨੂੰ ਉਹਨਾਂ ਦੇ ਜਗ੍ਹਾ ਨਹੀਂ ਹੈਗੇ ਆਪ ਤਾਂ ਉਹ ਲੇਕਿਨ 12ਵੀਂ ਪੜ੍ਹੇ ਹੋਏ ਨੇ ਪਰ ਬੱਚੇ ਨੂੰ ਅੱਗੇ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਫ੍ਰੀ ਵਿੱਚ ਪੜਾ ਰਹੇ ਨੇ ਸਾਡੇ ਨਾਲ ਮੈਡਮ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅ ਮੰਨ ਵੀ ਜਿਹੜਾ ਇਦਾਂ ਦਾ ਕਿਹੜਾ ਵਿਚਾਰ ਆਇਆ ਕਿ ਤੁਸੀਂ ਇੰਨੇ ਬੱਚੇ ਨੂੰ ਪੜਾ ਰਹੇ ਹੋ ਉਹ ਵੀ ਮੁਫਤ ਚ ਜੀ ਕਹਿੰਦੇ ਨੇ ਬੱਚੇ ਜਿਹੜਾ ਰੱਬ ਦਾ ਰੂਪ ਹੁੰਦੇ ਨੇ ਔਰ ਬੱਚੇ ਛੋਟੇ ਛੋਟੇ ਬੱਚੇ ਆ ਜਿਹੜੇ ਸਕੂਲ ਨਹੀਂ ਜਾ ਸਕਦੇ ਔਰ ਉਹਨਾਂ ਦੇ ਪੇਰੈਂਟਸ ਜੋ ਨਹੀਂ ਪੜਾ ਸਕਦੇ ਆ ਤੇ ਇੱਕ ਬਸ ਛੋਟੀ ਜੀ ਕੋਸ਼ਿਸ਼ ਹੈ ਭਾਵੇਂ ਪਲੱਸ 2 ਪੜੀਆਂ ਲੇਕਿਨ ਜੋ ਹੈ ਮੇਰੇ ਕੋਲ ਜੋ ਹੈ ਉਹ ਤਾਂ ਮੈਂ ਦੇ ਸਕਦੀ ਆ ਨਾ ਤੇ ਛੋਟੇ ਛੋਟੇ ਬੱਚਿਆਂ ਨੂੰ ਇੱਕ ਆਸ ਹੈਗੀ ਮੇਰੇ ਕੋਲ ਪੜਨ ਦੀ ਔਰ ਔਰ ਥੋੜੀ ਥੋੜੀ ਕਰਕੇ ਮੈਂ ਪੜਾ ਰਹੀ ਆ ਸਿੱਖਿਆ ਦੇ ਰਹੀ ਆ ਇਹਨਾਂ ਨੂੰ ਔਰ ਤਾਂ ਕਿ ਇਹ ਅੱਗੇ ਜਾ ਕੇ ਕੁਝ ਅੱਗੇ ਵਧਣ ਜੀ ਔਰ ਕਰਨ ਔਰ ਠੀਕ ਹੈ ਬਾਕੀ ਇਹਨਾਂ ਕੋਲ ਕਾਪੀ ਬੁక్స్ ਨਹੀਂ ਹੁੰਦੀਆਂ ਨੇ ਉਹ ਵੀ ਅਸੀਂ ਦਿੰਨੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਾਂ ਇਹਨਾਂ ਨੂੰ ਕੋਈ سپورਟ ਵੀ ਮਿਲੇ ਔਰ ਜੇ ਨਹੀਂ ਵੀ سپورਟ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਔਰ ਕਦੀ ਨਾ ਕਦੀ ਇਹ ਜ਼ਰੂਰ ਕਾਮਯਾਬ ਹੋਣਗੇ ਜੀ ਬਿਲਕੁਲ ਕੀ ਬਾਤ ਹੈ ਬਿਲਕੁਲ ਅਸੀਂ ਉਮੀਦ ਕਰਦੇ ਆ ਪੂਰੇ ਕਾਮਯਾਬ ਹੋਣ ਜਿੰਨਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਇਹਨਾਂ ਪਿੱਛੇ ਲੱਗ ਕੇ ਮੈਮ ਕਦੋਂ ਤੋਂ ਸਟਾਰਟ ਕੀਤਾ ਹੋਇਆ ਤੁਸੀਂ ਇਹਨਾਂ ਨੂੰ ਪੜਾਣਾ ਤੇ ਕਿਹੜਾ ਮਤਲਬ ਕਿ ਆਪਾਂ ਇਹ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਤੁਸੀਂ ਫ੍ਰੀ ਚ ਹੀ ਕਿਉਂ ਪੜਾ ਰਹੇ ਹੋ ਜੀ ਥੋੜੇ ਦਿਨ ਡੇਢ ਕੇ ਸਾਲ ਪਹਿਲੇ ਮੇਰੇ ਕੋਲ ਬੱਚੇ ਆਏ ਦੋ ਦੋ ਬੱਚੇ ਆਏ ਤੋ ਐਸ ਐਦੇ ਕਹਿੰਦੇ ਆ ਕਿਆ ਆਪ ਹਮਕੋ ਪੜਾ ਸਕਤੇ ਹੋ ਤੋ ਮੂਝੇ ਲਗਾ ਕਿ ਚਲੋ ਕੋਈ ਬਾਤ ਨਹੀਂ ਆ ਜਾਓ ਦੋ ਬੱਚੇ ਹਮ ਪੜ੍ਹਾ ਸਕਤੇ ਹੇ ਬੇਲੇ ਬੈਠੇ ਹੈ ਕੋਈ ਗੱਲ ਨਹੀਂ ਤੇ ਦੋ ਬੱਚੇ ਆ ਗਏ ਪੜ੍ਹਾਣ ਵਾਸਤੇ ਹੁਣ ਪਤਾ ਨਹੀਂ ਰੱਬ ਦਾ ਕੀ ਉਸ ਹਫਤੇ ਫਿਰ ਪੰਜ ਬੱਚੇ ਆ ਗਏ ਫਿਰ ਉਸ ਤੋਂ ਬਾਅਦ 10 ਬੱਚੇ ਆ ਗਏ ਮੈਨੂੰ ਸਮਝ ਨਹੀਂ ਆਇਆ ਕਿੱਥੋਂ ਦੀ ਕੀ ਹੋ ਰਿਹਾ ਵੈ ਪਰ ਮੈਨੂੰ ਇਹ ਲੱਗਾ ਵੈ ਕਿ ਇਹਨਾਂ ਨੂੰ ਕੁਛ ਆਸ ਮਿਲ ਰਹੀ ਹੈ ਪੜ੍ਹਨ ਦੀ ਇਹਨਾਂ ਨੂੰ ਕੁਛ ਐਸੀ ਜਗ੍ਹਾ ਮਿਲੀ ਹੈ ਜਗ੍ਹਾ ਪਾਵੇਂ ਮੇਰੀ ਛੋਟੀ ਹੈ ਪਰ ਇਹਨਾਂ ਨੂੰ ਆਸ ਮਿਲ ਰਹੀ ਹੈ ਬਿਲਕੁਲ ਜੇਬ ਹਮ ਘਰ ਦੀ ਗੱਲ ਕੀਤੀ ਜਾਈਏ ਘਰ ਬਹੁਤ ਹੀ ਜ਼ਿਆਦਾ ਛੋਟਾ ਹੈ ਬੈੱਡੇ ਤੇ ਵੀ ਬੱਚੇ ਬਿਠਾਏ ਹੋਏ ਆ ਥੱਲੇ ਵੀ ਬੱਚੇ ਬਿਠਾਏ ਹੋਏ ਆ ਮੈਮ ਕਿੰਨਾ ਕੁ ਹੋਗਾ ਖਾਉਂਦਾ ਇਹਨਾਂ ਨੂੰ ਮੈਨੇਜ ਕਰਨਾ ਮੇਰਾ ਘਰ ਜ਼ਿਆਦਾ ਨਹੀਂ 18 ਗਜ ਦਾ ਵੈ 18 ਗਜ 'ਚ ਮੈਂ ਪੰਜਾਹ ਬੱਚੇ ਪੜ੍ਹਾਣੇ ਆ ਦੋ ਸ਼ਿਫਟਾ ਲਗਾ ਕੇ ਔਰ ਇਹ ਉਹਨਾਂ ਲੋਕਾਂ ਵਾਸਤੇ ਵੀ ਮੈਂ ਕਹੂੰਗੀ ਜੋ ਵੱਡੇ ਵੱਡੇ ਘਰਾਂ 'ਚ ਵੀ ਬੈਠੇ ਆ ਤਾਂ ਆਪਣਾ ਦਿਲ ਖੋਲੋ ਔਰ ਅੱਗੇ ਆ ਕੇ ਦੇਖੋ ਅੱਗੇ ਆ ਕੇ ਦੇਖੋ ਕਿ ਇਹ ਵੀ ਇੱਕ ਮੰਦਰ ਹੈ ਜੀ ਇਹ ਵੀ ਮੰਦਰ ਹੈ ਜੋ ਅਸੀਂ ਇਹਨਾਂ ਨੂੰ ਕੁਝ ਕਰ ਸਕਦੇ ਆ ਜੀ ਬਿਲਕੁਲ ਉਹਨਾਂ ਵਾਸਤੇ ਵੀ ਮੈਂ ਕਹਿੰਦੀ ਆ ਕਿ ਉਹ ਹੈਲਪ ਕਰਨੇ ਆਪਾਂ ਸਿੱਖਿਆ ਦੀ ਅੱਜ ਗੱਲ ਕਰ ਰਹੇ ਇੱਕ ਇਦਾਂ ਦਾ ਮੁੱਦਾ ਹੈ ਬਹੁਤ ਹੀ ਜ਼ਿਆਦਾ ਮੇਜਰ ਮੁੱਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈ ਜਿੱਥੇ ਸਰਕਾਰ ਨਹੀਂ ਕੁਛ ਇਨਾ ਕੁਝ ਕਰ ਪਾ ਰਹੀ ਹੈ ਤੁਸੀਂ ਆਪਣਾ 18 ਗੱਜ ਦੇ ਜਿਹੜਾ ਘਰ ਵਿੱਚ ਰਹਿ ਕੇ ਇਹਨਾਂ ਨੂੰ ਪੜਾ ਰਹੇ ਹੋ ਇਹਨਾਂ ਦੀ ਮਤਲਬ ਜਿਹੜੀ ਦਵਾਵਾਂ ਨੇ ਤੁਹਾਨੂੰ ਕੀ ਲੱਗਦਾ ਉਹ ਮਿਲਦੀਆਂ ਨੇ ਜੀ ਬਹੁਤ ਬਹੁਤ ਦਵਾਵਾਂ ਮਿਲਦੀਆਂ ਨੇ ਔਰ ਜਦੋਂ ਮੈਂ ਇਹਨਾਂ ਵਾਸਤੇ ਕੁਝ ਕਰਦੀ ਆ ਤੇ ਮੈਨੂੰ ਸਿੱਧਾ ਦੁਆ ਉੱਪਰ ਤੋਂ ਆਂਦੀ ਹੈ ਔਰ ਮੇਰੇ ਲਈ ਮੰਦਰ ਹੈ ਚਲਦੇ ਫਿਰਦੇ ਮੰਦਰ ਔਰ ਮੇਰੀ ਕਾਫੀ ਕੋਸ਼ਿਸ਼ ਹੈ ਕਿ ਮੇਰੇ ਕੋਲ ਜੋ ਕੁਝ ਹੋਊਗਾ ਮੈਂ ਇਹਨਾਂ ਵਾਸਤੇ ਕਰੂੰਗੀ ਔਰ ਜੇ ਬਾਰੋਂ ਵੀ ਕੋਈ ਹੈਲਪ ਆਂਦੀ ਹੈ ਤਾਂ ਵੀ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਵੀ ਥੈਂਕਸ ਕਰਦੀ ਆ ਔਰ ਜਿੰਨੀ ਵੀ ਜਿੰਨੇ ਤੱਕ ਮੈਂ ਕਰ ਸਕਦੀ ਆ ਮੈਂ ਓਨਾ ਕਰੂੰਗੀ ਆਪਣੇ ਆਪ। ਪਰ ਮੈਨਾਂ ਦੀ ਪੜਾਈ ਦਾ ਖਰਚਾ ਕਿਵੇਂ ਚੁਕਦੇ ਹੋ ਕਿਉਂਕਿ ਘਰ ਦੇ ਹਾਲਾਤ ਇੰਨੇ ਕਾ ਜ਼ਿਆਦਾ ਕਮਜ਼ੋਰ ਨੇ ਕਿ ਇਹ ਆਪਣੇ ਘਰ ਦਾ ਜਿਹੜੇ ਕੰਮ ਆਉਂ ਨਹੀਂ ਕਰ ਪਾਂਦੇ ਤਾਂ ਕਰਕੇ ਸਕੂਲ ਵੀ ਨਹੀਂ ਜਾ ਪਾਰੇ ਤੇ ਜਿਹੜੀ ਟਿਊਸ਼ਨ ਦੀ ਫੀਸ ਤਾਂ ਫਿਰ ਇਹਨਾਂ ਨੇ ਕੀ ਭਰਨੀ ਆ ਫਿਰ ਮੈਨਾਂ ਦੀ ਜਿਹੜੇ ਬੁੱਕਸ ਵਗੈਰਾ ਦਾ ਖਰਚਾ ਹੁੰਦਾ ਉਹ ਕਿੱਦਾਂ ਚੁਕਦੇ ਬੁੱਕਸ ਵਗੈਰਾ ਤਾਂ ਅਸੀਂ ਆਪ ਪਰਚੇਸ ਕਰਕੇ ਦਿੰਨੇ ਆ ਕਿਸੇ ਕਿਸੇ ਤਰ੍ਹਾਂ ਔਰ ਜਿਹੜੀ ਕਾਪੀ ਵਗੈਰਾ ਹੁੰਦੀਆਂ ਜਿਹੜੇ ਬੱਚੇ ਵਧੀਆ ਵਧੀਆ ਸਕੂਲ ਚ ਜਾਂਦੇ ਆ ਉਹਨਾਂ ਦੇ ਵੀ ਤਾਂ ਪੇਜਾਂ ਬਚ ਜਾਂਦੇ ਨੇ ਨਾ ਪਿੱਛੇ ਜੀ ਤੇ ਉਹ ਵੀ ਆ ਜਾਂਦਾ ਵਾ ਉਹਦੇ ਪਿੱਛੇ ਕੰਮ ਕਰ ਲੈਂਦੇ ਆ ਔਰ ਕਰਦੇ ਆ ਕਾਫੀ ਬੱਚਿਆਂ ਨੂੰ ਅਸੀਂ ਇਦਾਂ ਹੀ ਬਣਾਉਂਦੇ ਆ ਮੈਮ ਕੀ ਸੁਪਨਾ ਲੈ ਕੇ ਤੁਸੀਂ ਇਹਨਾਂ ਨੂੰ ਬਣਾਉਣ ਲੱਗੇ ਹੋਏ ਹੋ ਸੁਪਨਾ ਹੀ ਹੈ ਕਿ ਸਾ ਮੇਰੀ ਇੱਕ ਸੁਪਨਾ ਹੀ ਹੈ ਕਿ ਇਹ ਬਸ ਬੱਚੇ ਅੱਗੇ ਵਧਣ ਔਰ ਇਹ ਮੇਰੇ ਦਿਲ 'ਚ ਹੈਗੀ ਹੈ ਔਰ ਬਸ ਇਹ ਅੱਗੇ ਵਧਣ ਬਸ ਤੁਹਾਡੇ ਘਰ ਪਰਿਵਾਰ ਵਿੱਚ ਕੌਣ-ਕੌਣ ਨੇ ਮੈਂ ਮੇਰੇ ਹਸਬੰਡ ਇੱਕ ਬੇਟਾ ਔਰ ਇੱਕ ਬੇਟੀ ਹੈ ਬੇਟਾ ਔਰ ਬੇਟੀ ਮੈਮ ਕਦੇ ਇਦਾਂ ਦਾ ਨਹੀਂ ਫੀਲ ਹੋਇਆ ਕਿ ਅੱਜ ਜਿਹੜੀ ਕੰਡੀਸ਼ਨ ਤੋਂ ਇਹ ਬੱਚੇ ਨੇ ਅੱਗੇ ਵਿੱਚ ਵਧਣ ਹੈ ਨਾ ਹਰ ਕਿਸੇ ਮਾਪੇ ਦੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰੂ ਦੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਹੈ ਨਾ ਜੇ ਆਪਾਂ ਇੰਨਾ ਪਿੱਛੇ ਮਿਹਨਤ ਕਰ ਰਹੇ ਤੇ ਸਾਨੂੰ ਮਿਹਨਤ ਦਾ ਫਲ ਮਿਲੇ ਜੀ ਦੇਖੋ ਫਲ ਤਾਂ ਕਦ ਆਊਗਾ ਕਦ ਨਹੀਂ ਮੈਨੂੰ ਇੰਨਾ ਪਤਾ ਵੈ ਕਿ ਮੈਂ ਛੋਟੇ ਜਿਹੇ ਪੌਦੇ ਲਗਾਏ ਹੋਏ ਹਜੇ ਉਹਦੇ ਪਾਣੀ ਪੈ ਰਿਹਾ ਵੈ ਤੇ ਹੌਲੀ ਹੌਲੀ ਕਰਕੇ ਇਹ ਸਾਰੇ ਪੌਦੇ ਜਿਹੜੇ ਆ ਵੱਡੇ ਜ਼ਰੂਰ ਹੋਣਗੇ ਔਰ ਕਦੀ ਨਾ ਕਦੀ ਇਹ ਯਾਦ ਕਰਨਗੇ ਕਿ ਅਸੀਂ ਕਿੱਥੋਂ ਦੀ ਕਿੱਥੇ ਤੱਕ ਪਹੁੰਚੇ ਆਂ ਜੀ ਬਿਲਕੁਲ ਜੀ ਮੈਮ ਕਰੋ ਕੁਝ ਇਦਾਂ ਵੀ ਤੇ ਵੀ ਬੱਚੇ ਹੁੰਦੇ ਜਿਨ੍ਹਾਂ ਦੇ ਹਾਲਾਤ ਬੜੇ ਜ਼ਿਆਦਾ ਕਮਜ਼ੋਰ ਹੁੰਦੇ ਨੇ ਤੇ ਇਥੋਂ ਜਾਣ ਤੋਂ ਪਹਿਲਾਂ ਜੇ ਜਾਣ ਤੋਂ ਬਾਅਦ ਜਿਹੜਾ ਹੈ ਘਰ ਦੇ ਆਪਣੀ ਮੰਮੀ ਪਾਪਾ ਨਾਲ ਘਰ ਦਾ ਕੰਮ ਵੀ ਵਟਾਉਂਦੇ ਨੇ ਕੁਝ ਇਦਾਂ ਦੇ ਬੱਚੇ ਹੈਗੇ ਤੁਹਾਡੇ ਕੋਲ ਜੀ ਬੱਚੇ ਹੈ ਔਰ बहुत से ऐसे बच्चे हैं जो घर जाके बारी बारी लोगों का बर्तन माँसते हैं झाड़ पोछा करते हैं और फिर उनके घर का खर्चा चलता है तो ऐसे ऐसे बच्चे जुड़े हैं हमारे पास हम तक अलबात की है ते उना सी उना बच्चे ना गलबात करा जो कि अपना खर्चा चलाने ल टूशन तो बाद जम करते हैं मैम अ बच्चों जरूर मिलना चाहवा क्या नाम है आपका सलमान सलमान क्या पढ़ रहे हो आप हम हिंदी इंग्लिश और अंग्रेजी पढ़ रहे हैं अंग्रेजी पढ़ रहे स्कूल नहीं जाते आप नहीं क्यों मम्मी काम करती है हम भी जाते हैं हार्ड बढ़ाते हैं क्या काम करती है मम्मी झाड़ू पोछा करती है तो आप अपनी मम्मी के साथ जाके झाड़ू पोछा कराते हो हाँ। अच्छा तो फिर आपका मन नहीं करता कि मैं भी बाकी बच्चों की तरह पढ़ने जाऊँ उनकी तरह कपड़े अच्छे अच्छे पहनू और अच्छी जो पढ़ाई है वो लू करता है जब पैसे नहीं है तो कैसे करूँगा घर में और कौन है आपके मम्मी पापा और मेरा एक मैं हूँ एक मेरा भाई और एक बहन अच्छा फिर पापा क्या करते हैं आपके का है। का है। कहाँ रहते हो आप में आगे अच्छा तो फिर आपको आपका मन करता है पढ़ने का अच्छे अच्छे कपड़े पहनने का पहनने का मन करता है अभी आप तक आपने क्या सीखा है हाँ बहुत कुछ सीख लिया हूँ क्या क्या सुनाओगे आज ए बी सी डी आती है ए बी सी डी आती है आपको सुनाओ ए बी सी डी ई एफ जी एच आई जे के एल के एल एम एन पी ओ पी क्यू आर एस टी यू वी डब्ल्यू एक्स वाई जड और इन साथ ही में हम देखेंगे कि बड़े छोटे छोटे बच्चे जो हैं वो मौजूद हैं सो साडे नाल मनीषा जी मौजूद ने जो कि मंजू मैडम दी जड़ी स्टूडेंट ने हेलो क्या नाम है आपका मनीषा मनीषा कितने साल की हो मैं मैं 12 साल की हूं 12 साल की हो स्कूल गई हो कभी ये नो मैम कभी नहीं गई no. तो कभी उम्मीद होती है कि मैं स्कूल जाऊं जैसे बाकी लड़कियां स्कूल जाती हैं उनकी तरह मैं भी पढूं यस मैम उम्मीद तो बहुत होती है बहुत ज्यादा दिल करता है घर में कौन कौन है मम्मी है दो भाई है और दो बहन है पापा पापा भी है अच्छा फिर आप कैसे खर्चा चलता है आपका आप अपनी मम्मी का हाथ बटाने के लिए जाते हो काम करने यस yes, मैम क्या काम करते हो वो मैम वही काम करते झाड़ू पोचा झाड़ू पोचा करते तो कहीं ना कहीं ऐसे नहीं लगता कि इतनी छोटी उम्र में इतना बड़ा बोझ पड़ गया है कि आ, मुझे इस उम्र में पढ़ना चाहिए आगे बढ़ना चाहिए और मैं झाड़ू पोछा कर रही बाकी लड़कियों को देख के एहसास नहीं होता होता मैम बहुत होता है क्या कर सकते हैं बाकी जो है सो ही है तो मैम आपको जो ये पढ़ा रहे हैं इतना आगे बना रहे हैं तो आप क्या कहना चाहोगे मैडम के बारे में बहुत अच्छा कहना चाहेंगे जो भी है मैडम हमारे लिए बहुत कुछ करना चाहती है जो अगर जैसे मैम आपको फ्री में पढ़ा रहे हैं एक भी आपसे एक पैसा भी नहीं लेते लेकिन देखो घर जो है उनका इतना छोटा है लेकिन आपको कहीं ना कहीं एडजस्ट कर रहे हैं कैसा लगता है आपको बुरा लगता है मैम बाकी क्या करेंगे मैडम को भी दिक्कत है हम लोग को भी दिक्कत है दिक्कत तो करना पड़ता है ना ਮੈਮ ਅਸੀਂ ਲੋਕ ਬੱਚੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੈ ਇਹਨਾਂ ਦਾ ਜਿਹੜਾ ਪੜਨ ਦੀ ਜਿਹੜੀ ਇੱਛਾ ਹੈ ਬਹੁਤ ਜ਼ਿਆਦਾ ਪਰ ਹਾਲਾਤ ਇਦਾਂ ਦੇ ਹੈ ਜਿਹੜੇ ਕਿ ਇਹ ਅੱਗੇ ਨਹੀਂ ਵੱਧ ਪਰ ਮੈਮ ਸਰਕਾਰ ਤੋਂ ਤੇ ਜਿਹੜੇ ਸਾਡੇ ਦਰਸ਼ਕ ਇਹ ਤੁਹਾਨੂੰ ਦੇਖ ਰਹੇ ਕਿ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਮੈਂ ਸਰਕਾਰ से ये अपील करना चाहती हूं कि जो भी हेल्प अगर मिल सकती है बाहर से तो फिर वो प्लीज देने की कोशिश कीजिए और बस यही कहूँगी कि ये बच्चे हैं इनके भी तरफ देखिए जैसे हम देख रहे हैं और प्लीज़ इन बच्चों के भी बारे में सोचिए जी जी थैंक यू ਕਿਦਾ ਕਿ ਅਸੀਂ ਮੰਜੂ ਜੀ ਨਾਲ ਗੱਲਬਾਤ ਕੀਤੀ ਤੇ ਜਿਹੜੇ ਉਹਨਾਂ ਦੇ ਕੋਲ ਬੱਚੇ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਸੁਪਨੇ ਜਿਹੜਿਆ ਨੇ ਬਹੁਤ ਵੱਡੇ ਨੇ ਪਰ ਹਾਲਾਤ ਇਦਾਂ ਦੇ ਨੇ ਕਿ ਉਹ ਕੁਝ ਕਰ ਨਹੀਂ ਸਕਦੇ ਆਪਣੇ ਹਾਲਾਤ ਅੱਗੇ ਮਜਬੂਰ ਨੇ ਜੇ ਤੁਸੀਂ ਵੀ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਜਾਂ ਚਾਹਦੇ ਹੋ ਕਿ ਜਿਹੜੇ ਮੰਜੂ ਜੀ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹਨਾਂ ਬੱਚੇ ਦੀ ਹੈਲਪ ਹੋ ਸਕੇ ਤੇ ਇਹਨਾਂ ਦਾ ਜਿਹੜਾ ਭਵਿੱਖ ਹੈ ਆਉਣ ਵਾਲਾ ਕੱਲ੍ਹ ਆ ਉਹ ਹੋਰ ਵਧੀਆ ਬਣ ਸਕੇ ਤੇ ਇਦਾਂ ਦੀ ਅਪਡੇਟ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਨੇਮਲਿਕ ਕੈਮਰਾ ਪਰਸਨ ਕਰਨ ਕੁਮਾਰਨ